ਗੁੜਚੜ ਲਾ ਕੇ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਹੈ ਸੰਗਤ ਜੀ ਬੱਚ ਕੇ ਧਾਮੀ ਸਾਹਿਬ ਦਾ ਕੱਲ ਦਾ ਬਿਆਨ ਹੈ ਬੜੀ ਚਿੰਤਾ ਹੋਣ ਲੱਗ ਪਈ ਇਹਨਾਂ ਨੂੰ ਸਿੱਖ ਕੌਮ ਦੀ ਪਰ ਧਾਮੀ ਸਾਹਿਬ ਆ ਸਵਾਲਾਂ ਦੇ ਜਵਾਬ ਤਾਂ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸੰਗਤ ਜੀ ਦੇਖੋ ਦਿਲ ਕਿਸਦਾ ਵੀ ਨਹੀਂ ਕਰਦਾ ਕਿ ਅਸੀਂ ਆਪਣੀ ਸਿਰਮੌਰ ਜਥੇਬੰਦੀ ਜੋ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਜਿਸ ਨੂੰ ਕਿਹਾ ਜਾਂਦਾ ਸੀ ਉਸ ਨੂੰ ਨਿੰਦੀਏ ਪਰ ਜੇਕਰ ਹਰ ਪਾਸੇ ਇਸ ਨੂੰ ਘੋਣ ਵਾਂਗ ਚੱਕਣ ਲੱਗੇ ਹੋਣ ਇਹਦੇ ਹੀ ਅਧਿਕਾਰੀ ਕਰੈਕਟਰ ਪੱਖੋਂ ਮਰਿਆਦਾ ਪੱਖੋਂ ਹਰ ਪਾਸਿਓ ਇਹ ਝੱਜੀਆਂ ਉਡਾਉਂਦੇ ਹੋਣ ਤਾਂ ਫਿਰ ਅਸੀਂ ਕਿੱਦਾਂ ਚੁੱਪ ਰਹਿ ਲਈਏ ਮੈਨੂੰ ਹੀ ਦੇਖਦਿਆਂ ਦੇਖਦਿਆਂ ਚਾਰ ਦਹਾਕੇ ਹੋ ਗਏ ਆ ਇਹਨਾਂ ਦੇ ਕਪਲੇ ਇਹਨਾਂ ਦੀਆਂ ਕਰਤੂਤਾਂ ਪਰ ਕੋਈ ਨਹੀਂ ਬੋਲਿਆ ਕੋਈ মিডিਆ ਨਹੀਂ ਬੋਲਿਆ ਕਿਸੇ ਨੇ ਜ਼ੁਬਾਨ ਨਹੀਂ ਖੋਲੀ ਇਹਨਾਂ ਦੇ ਰਿਟਾਇਰ ਹੋਏ ਬੰਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਥੋੜੇ ਬਹੁਤੇ ਬੋਲੇ ਵੀ ਉਹਨਾਂ ਦੀਆਂ ਜ਼ੁਬਾਨਾਂ ਇਹਨਾਂ ਨੇ ਆਪ ਹੀ ਬੰਦ ਕਰਵਾ ਦਿੱਤੀਆਂ ਤੇ ਅੱਜ ਹੀ ਮੈਨੂੰ ਪਤਾ ਚੱਲਿਆ ਕਿ ਪਟਿਆਲੇ ਦੇ ਦੁਖਨਵਾਨ ਸਾਹਿਬ ਗੁਰਦੁਆਰੇ ਦੇ ਮੈਨੇਜਰ ਸਾਹਿਬ ਗ੍ਰੰਥੀ ਸਿੰਘ ਮੇਰੇ ਘਰ ਦਾ ਐਡਰੈਸ ਲੱਭਦੇ ਸੀ ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਭਾਈ ਸਾਹਿਬ ਨੰਬਰ ਰੋਜ਼ ਬੋਲਦਾ ਆ ਲੋਕਾਂ ਤੋਂ ਕਾਹਨੂੰ ਪੁੱਛਦੇ ਹਾਂ ਮੈਨੂੰ ਸਿੱਧਾ ਕਾਲ ਕਰ ਲਿਆ ਕਰੋ 98818408798 88184087 ਠੀਕ ਹੈ ਜੀ ਆਪਣਾ ਨੰਬਰ ਹੈ ਮੈਂ ਅੱਜ ਤੇ ਸਕਰੀਨ ਤੇ ਫਲੈਸ਼ ਕਰਨ ਨੂੰ ਇਹ ਮੁੰਡਿਆਂ ਨੂੰ ਕਹਿ ਦਿੰਦਾ ਆ ਤਾਂ ਕਿ ਕਿਸੇ ਨੂੰ ਔਖਾ ਨਾ ਹੋਵੇ ਕਿ ਬੜੇ ਬਜ਼ੁਰਗਾਂ ਨੇ ਕਿਹਾ ਸੀਗਾ ਕਿ ਤੁਹਾਡਾ ਨੰਬਰ ਅਸੀਂ ਸੁਣ ਸੁਣ ਕੇ ਟਾਈਪ ਕਰਦੇ ਆ ਸਾਨੂੰ ਔਖਾ ਹੁੰਦਾ ਹੈ ਤੇ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਨਾ ਖਾਸ ਕਰਕੇ ਬੀਬੀਆਂ ਨੂੰ ਚੱਲਦੇ ਹੋਏ ਐਪੀਸੋਡ ਦੇ ਵਿੱਚ ਜਦੋਂ ਮੈਂ ਕਹਾਗਾ ਕਿ ਬੀਬੀਆਂ ਕਿਰਪਾ ਕਰਕੇ ਇਹ ਵੀਡੀਓ ਹੁਣ 5 ਮਿੰਟ ਵਾਸਤੇ ਮਿਊਟ ਕਰ ਦੇਣੀ ਆ ਇਹ ਗੱਲ ਨਾ ਸੁਣਨ ਤਾਂ ਕਿਰਪਾ ਕਰਕੇ ਉਦੋਂ ਵੀਡੀਓ ਜਾਂ ਤਾਂ ਦੇਖਣੀ ਬੰਦ ਕਰ ਦੇਣ ਮੇਰੀਆਂ ਸਾਲੀਆਂ ਭੈਣਾ ਤੇ ਜਾਂ ਮਿਊਟ ਕਰ ਦੇਣ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਮਤਲਬ ਰਾਬਤਾ ਜ਼ਰੂਰ ਰੱਖਾਂਗਾ ਐਪੀਸੋਡ ਦੇ ਵਿੱਚ ਕੁਝ ਅਜਿਹੀ ਕਰਤੂਤ ਅੱਜ ਐਸਜੀਪੀਸੀ ਦੀ ਜਾਂ ਕਹਿ ਸਕਦੇ ਇਹਨਾਂ ਦੇ ਅਧਿਕਾਰੀਆਂ ਦੀ ਦੱਸਣ ਵਾਲਾ ਆ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੇ ਹੋਸ਼ ਉੱਡ ਜਾਣਗੇ ਉੱਡੇ ਤਾਂ ਖੈਰ ਪਹਿਲਾਂ ਵੀ ਹੋਏ ਨੇ ਪਰ ਉਤੋਂ ਦਾੜੇ ਪ੍ਰਕਾਸ਼ ਅਸੀਂ ਬਾਣੀ ਬਾਣ ਦੇ ਧਾਰਨੀ ਕੀ ਵਾਕਿਆ ਹੀ ਅਸੀਂ ਬਾਣੀ ਬਾਣ ਦੇ ਧਾਰਨੀ ਹੈਗੇ ਆ ਜਾਂ ਪਤਤ ਸਿੱਖਾਂ ਸ਼ਕਲਾਂ ਤੋਂ ਨਹੀਂ ਦੀਦਾ ਪਰ ਸਬੂਤ ਹੈਗੇ ਨੇ ਕਿ ਪਤਤ ਨੇ ਦਵਾਗੇ ਤੁਹਾਨੂੰ ਉਹ ਵੀ ਖੈਰ ਅੱਜ ਪਟਿਆਲੇ ਦੇ ਮਤਲਬ ਜਿਹੜੇ ਮੈਨੇਜਰ ਸਾਹਿਬ ਸੀਗੇ ਉਹ ਲੱਭਦੇ ਪਏ ਸੀ ਮੇਰਾ ਐਡਰੈਸ ਤੇ ਸ਼ੁਰੂਆਤ ਅੱਜ ਮੈਂ ਪਟਿਆਲੇ ਤੋਂ ਹੀ ਕਰਦਾ ਹਾਂ ਹੈੱਡ ਗਰੰਥੀ ਪ੍ਰਨਾਮ ਸਿੰਘ ਚੰਦੂਆ ਵੇਚਦੇ ਹੋਏ ਫੜੇ ਗਏ ਸੀ ਮਹਿੰਗਾ ਚੰਦੂਆ ਜੜਾਇਆ ਸੀ ਕਿਸ ਨੇ ਬਹੁਤ ਮਹਿੰਗਾ ਚੰਦੂਆ ਬਹੁਤ ਰੋੜਾ ਪਿਆ ਸੀ ਤੇ ਇਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਆਨੰਦਪੁਰ ਸਾਹਿਬ ਤਾਂ ਵੀ ਸਾਹਿਬ ਸਵਾਲ ਹੀ ਨੇ ਮੇਰੇ ਕਨਫਰਮ ਕਰਕੇ ਤੁਸੀਂ ਦੱਸਣਾ ਜੇ ਨਹੀਂ ਕਨਫਰਮ ਹੋਗਾ ਤਾਂ ਸਬੂਤ ਦੇਣ ਵਾਸਤੇ ਸੈਣੀ ਬੈਠਾ ਆਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਸ਼੍ਰੀ ਕੇਸਗੜ੍ਹ ਸਾਹਿਬ ਇੱਕ ਚੱਡਾ ਟਰਾਂਸਪੋਰਟ ਹੈ ਬਹੁਤ ਨੌਨ ਬੰਦੇ ਨੇ ਪਟਿਆਲੇ ਦੇ ਜਾਣੇ ਮਾਣੇ ਤੇ ਬਾਦਲਾਂ ਦੇ ਨਾਲ ਵੀ ਬਹੁਤ ਵਧੀਆ ਲਿੰਕ ਨੇ ਇਹਨਾਂ ਦੇ ਤੇ ਉਸ ਤੋਂ ਬਾਅਦ ਇਸ ਗ੍ਰੰਥੀ ਸਿੰਘ ਪ੍ਰਨਾਮ ਸਿੰਘ ਨੇ ਕਿਹਾ ਸੀ ਆ ਚੱਡਾ ਜੀ ਨੂੰ ਜਾ ਕੇ ਮੈਂ ਭਾਵੜਾ ਦੇ ਛਾਲ ਮਾਰ ਕੇ ਮਰ ਜਾਣਾ ਮੈਨੂੰ ਮੈਨੂੰ ਪਟਿਆਲੇ ਬੁਲਾਓ ਵਾਪਸ ਤੇ ਚੰਦੂ ਮਾਜਰਾ ਦੇ ਬਹੁਤ ਹੁਣ ਨਜ਼ਦੀਕ ਨੇ ਚੱਡਾ ਸਾਹਿਬ ਜਿਹੜੇ ਹੈਗੇ ਨੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਪਟਿਆਲੇ ਫਿਰ ਤੋਂ ਵਾਪਸ ਇਹਨੂੰ ਬੁਲਾ ਲਿਆ ਸੀਗਾ ਤੇ ਪਟਿਆਲੇ ਸੇਵਾ ਕਰਨ ਲੱਪੇ ਮੋٹے ਗੱਫੇ ਬਣਦੇ ਨੇ ਪਟਿਆਲੇ ਪਤਾ ਤੁਹਾਨੂੰ ਤਾਂ ਹੀ ਉੱਥੇ ਦਿਲ ਦੀਸ ਲੱਗਿਆ ਖੈਰ ਇਹ ਤਾਂ ਰਹੀ ਇੱਕ ਚੀਜ਼ ਠੀਕ ਹੈ ਜੀ ਕਨਫਰਮ ਕਰ ਲਿਓ ਸਵਾਲ ਹੀ ਨੇ ਮੇਰੇ ਬਸ ਠੀਕ ਹੈ ਜੀ ਜਵਾਬ ਕਿਰਪਾ ਕਰਕੇ ਗੁੜ ਚ ਪਾ ਕੇ ਮਿੱਠਾ ਜ਼ਹਿਰ ਮੀਡੀਆ ਪਰੋਸ ਰਿਹਾ ਹੈ ਇਹ ਮਿੱਠਾ ਜ਼ਹਿਰ ਮੀਡੀਆ ਤਾਂ ਪਰੋਸ ਰਿਹਾ ਹੈ ਤਾਂ ਕਿ ਸੰਗਤ ਜਿਹੜਾ ਅੱਜ ਕੱਲ ਗੁਰੂ ਘਰਾਂ ਦੇ ਨਾਮ ਦੇ ਉੱਤੇ ਦੁਕਾਨਦਾਰੀਆਂ ਖੁੱਲੀਆਂ ਪਈਆਂ ਨੇ ਨਾ ਜਿਹੜੀ ਤੁਸੀਂ ਥੋੜੀ ਜੀ ਦੀਗ ਹੱਥ ਤੇ ਰੱਖਦੇ ਹੋ ਸੰਗਤ ਦੇ ਉਹ ਦੀਗ ਉਸ ਵਾਹਿਗੁਰੂ ਨੂੰ ਯਾਦ ਕਰਕੇ ਉਹਨਾਂ ਦੇ ਹੱਥ ਤੇ ਰੱਖਦੇ ਹੋ ਜਾਂ ਸਿਰਫ ਇਹ ਪਹਿਲਾਂ ਦੇਖਦੇ ਹੋ ਕਿ ਕਿਹੜਾ ਕੀ ਚੜਾ ਕੇ ਗਿਆ ਤੇ ਅਸੀਂ ਉਸ ਤੋਂ ਬਾਅਦ ਦਈਏ ਬਹੁਤ ਫਰਕਾ ਮਿੱਠਾ ਜ਼ਹਿਰ ਅਗਰ ਮੈਂ ਕਹਾ ਪਰਮਾਤਮਾ ਮੈਨੂੰ ਮਾਫ ਕਰੇ ਜਿੰਨਾ ਗੁਰੂ ਘਰਾਂ ਦੇ ਕਮੇਟੀਆਂ ਦੇ ਵਿੱਚ ਤੁਹਾਡੇ ਆਪਣੇ ਮੈਂਬਰ ਵੰਡ ਰਹੇ ਨੇ ਨਾ ਕਿਸੇ ਵੀ ਨਾਮ ਦੇ ਉੱਤੇ ਵੰਡ ਰਹੇ ਹੋਣ ਉਤੋਂ ਦਾ ਘਾਟ ਹੀ ਹੋਗਾ ਮਿੱਠਾ ਜ਼ਹਿਰ ਜਿਹੜਾ ਮੀਡੀਆ ਫਰੋਸ ਰਿਹਾ ਹੈ ਆ ਜਾਂ ਮੈਂ ਸਿੱਧਾ ਕਹਿ ਦਿੰਦਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਮੈਂ ਆ ਹੀ ਐਸਜੀਪੀਸੀ ਦੇ ਖਿਲਾਫ ਬੋਲ ਰਿਹਾ ਲਗਾਤਾਰ ਪੀਟੀਸੀ ਦੇ ਖਿਲਾਫ ਮੈਂ ਹੀ ਬੋਲੇ ਆ ਠੀਕ ਹੈ ਜੀ ਸਪੋਕਸਮੈਨ ਦੇ ਨਾਲ ਤੁਹਾਡਾ ਪੰਗਾ ਪਿਆ ਆ ਉਹ ਅਲੱਗ ਪੀਟੀਸੀ ਦਾ ਆ ਠੀਕ ਹੈ ਜੀ ਕਦੋਂ ਚਾਦਰ ਬਾਬੇ ਨਾਨਕ ਸ਼ੁਰੂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੋ ਉਹ ਇੱਕ علیحدਾ ਮੁੱਦਾ ਹੈ ਉੱਤੇ ਵੀ ਆ ਜਾਾਂਗੇ ਕਦੇ ਪਰ ਆਹਾ ਟੌਪਿਕ ਪਹਿਲਾਂ ਐਸਜੀਪੀਸੀ ਦਾ ਖਤਮ ਕਰਾਂਗਾ ਫਿਰ ਆਉਂਗਾ ਠੀਕ ਹੈ ਜੀ ਹੁਣ ਪ੍ਰਣਾਮ ਸਿੰਘ ਦੀਆਂ ਕਰਤੂਤਾਂ ਥੋੜੀਆਂ ਜਿਹਾ ਮੈਂ ਤੁਹਾਨੂੰ ਦੱਸ ਦਿੰਨਾ ਹੈ ਗ੍ਰੰਥੀ ਸਿੰਘ ਨੇ ਦੁਖਨਵੰਤ ਸਾਹਿਬ ਦੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਰੱਖੇ ਹੋਏ ਸੀ ਪੰਜ ਸਿੰਘ ਸਹਿਬਾਨ ਉੱਥੇ ਗਏ ਠੀਕ ਹੈ ਜੀ ਉਹਨਾ ਪੰਜ ਸਿੰਘ ਸਹਿਬਾਨਾਂ ਵਿੱਚੋਂ ਇੱਕ ਸਿੰਘ ਸਹਿਬਾਨ ਜਿਹੜੇ ਸੀ ਜਿਨ੍ਹਾਂ ਦੇ ਘਰੇ ਪਾਠ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਤੇ ਉਸ ਪਰਿਵਾਰ ਨੇ ਪੰਜੋ ਸਿੰਘਾਂ ਨੂੰ ਲਿਫਾਫੇ 'ਚ ਪਾ ਕੇ 212100 ਰੁਪਇਆ ਦਿੱਤਾ ਤੇ ਉਸ ਤੋਂ ਬਾਅਦ ਸਾਡੇ ਹੈੱਡ ਗ੍ਰੰਥੀ ਸਾਹਿਬ ਨੇ ਕੀਤਾ ਉਹਦੇ ਵਿੱਚੋਂ 161600 ਰੁਪਇਆ ਕੱਢ ਲਿਆ ਤੇ ਸਿਰਫ 500 500 ਰੁਪਇਆ ਲਿਫਾਫੇ 'ਚ ਰਹਿਣ ਦਿੱਤਾ ਆਪਣੀ ਜੇਬ 'ਚ ਬਾਕੀ ਪੈਸੇ ਪਾ ਲਏ ਤੇ ਸਿੰਘਾਂ ਨੇ ਕਿਹਾ ਕਿ ਇੰਨੀ ਪਟਿਆਲੇ ਦੀ ਨਾਮਵਰ ਹਸਤੀ ਹੈ ਜਿਨ੍ਹਾਂ ਦੇ ਘਰੇ ਅਸੀਂ ਗਏ ਸੀ ਤੇ ਉਹਨਾਂ ਨੇ ਸਿਰਫ ਮਤਲਬ 5-500 ਰੁਪਏ ਦਿੱਤਾ ਸਿੰਘਾਂ ਨੇ ਨਹੀਂ ਕਿਹਾ ਉਹ ਜਿਹੜਾ ਇੱਕ ਸਿੰਘ ਉਹਨਾਂ ਨੂੰ ਜਾਣਦਾ ਸੀਗਾ ਉਹਨੂੰ ਥੋੜਾ ਜਿਹਾ ਲੱਗਿਆ ਕਿ ਇਹਨੇ ਮਾਨ ਦੇ ਨਾਲ ਮਤਲਬ ਕਿਸੇ ਦੇ ਜਾ ਗਏ ਹੈ ਤੇ ਥੋੜਾ ਜਿਹਾ ਉਹਨੂੰ ਕਨਫਿਊਜ਼ਨ ਵੀ ਸੀਗਾ ਮਾਨ ਦੇ ਵਿੱਚ ਵੀ ਆਖਿਰ ਕਿਦਾਂ ਮਤਲਬ ਉਹ 500 ਰੁਪਏ ਪਾ ਸਕਦੇ ਨੇ ਇੱਕ ਵਾਰ ਮੈਂ ਕਨਫਰਮ ਤਾਂ ਕਰਾਂ ਜਦੋਂ ਉਸ ਪਰਿਵਾਰ ਤੋਂ ਉਹਨਾਂ ਨੇ ਕਨਫਰਮ ਕੀਤਾ ਤਾਂ ਉਸ ਪਰਿਵਾਰ ਨੇ ਕਿਹਾ ਨਹੀਂ ਜੀ ਸਾਰੇ ਸਿੰਘਾਂ ਨੂੰ ਅਸੀਂ 21-2100 ਰੁਪਏ ਪਾਇਆ ਸੀ ਪਰਨਾਮ ਸਿੰਘ ਤੋਂ ਪੁੱਛ ਲਿਓ ਜੀ ਤੁਸੀਂ ਮੇਰਾ ਤਾਂ ਹੁਣ ਜੀ ਕਰ ਰਿਹਾ ਮੇਰੇ ਐਡਰੈਸ ਲੱਭਦੇ ਪਏ ਸੀ ਮੈਂ ਹੀ ਜਾ ਕੇ ਪ੍ਰਣਾਮ ਕਰਿਆ ਵਾ ਉਹਨਾਂ ਨੂੰ ਪ੍ਰਣਾਮ ਸਿੰਘ ਨੂੰ ਠੀਕ ਹੈ ਜੀ ਉਸ ਤੋਂ ਇਲਾਵਾ ਅਖੰਡ ਪਾਠ ਕਰਵਾਉਣ ਵਾਸਤੇ ਜਿਹੜੀ ਵੀ ਸੰਗਤ ਗੁਰੂ ਘਰ ਆਂਦੀ ਹੈ ਧਿਆਨ ਨਾਲ ਸੁਣਿਓ ਸਿੰਘ ਸਾਹਿਬ ਜਿਹੜੀ ਵੀ ਸੰਗਤ ਗੁਰੂ ਘਰ ਦੇ ਵਿੱਚ ਅਖੰਡ ਪਾਠ ਕਰਕੇ ਕੀ ਰੋਲਾਂ ਚੱਲਦੀਆਂ ਨੇ ਇੱਕ ਪਾਸੇ ਦੁਖਨਵੰਦ ਸਾਹਿਬ ਅੰਦਰ ਜਾਓਗੇ ਤਾਂ ਸਰੋਵਰ ਤੋਂ ਪਹਿਲਾਂ ਕਮਰੇ ਛੋਟੇ ਛੋਟੇ ਬਣੇ ਹੋਏ ਨੇ ਉੱਥੇ ਅਖੰਡ ਪਾਠ ਸਾਹਿਬ ਦੀ ਰੋਲਾਂ ਚੱਲਦੀਆਂ ਨੇ ਠੀਕ ਹੈ ਜੀ ਤੇ ਉੱਥੇ ਹੀ ਇੱਕ ਪਰਮਾਨੈਂਟ ਕਮਰਾ ਵੀ ਸਿਗਾ ਬਣਿਆ ਹੋਇਆ ਠੀਕ ਹੈ ਜੀ ਇਹ ਦੋ ਸਵਾਲ ਮੈਂ ਇਕੱਠੇ ਹੀ ਪੁੱਛ ਰਿਹਾ ਹਾਂ ਜਿੱਥੇ ਅਗਰ ਸੰਗਤ ਨੇ ਆਪ ਅਖੰਡ ਪਾਠ ਕਰਨਾ ਹੈ ਤਾਂ ਉੱਥੇ ਉਹ ਆਪ ਕਰ ਸਕਦੇ ਸੀ ਇਹਨਾਂ ਨੇ ਉਹ ਕਮਰਾ ਹਮੇਸ਼ਾ ਵਾਸਤੇ ਹੀ ਬੰਦ ਕਰਤਾ ਦਫ਼ਤਰ ਦੇ ਵਿੱਚ ਹੀ ਆਪਣੇ ਰਲਾ ਲਿਆ ਉਹ ਕਮਲਾ ਕਮਰਾ ਠੀਕ ਹੈ ਜੀ ਹੁਣ ਜਿਹੜੇ ਆਖੰਡ ਪਾਠ ਗੁਰੂ ਗੁਰੂਕਾਰ ਦੇ ਅੰਦਰ ਚੱਲ ਰਹੇ ਨੇ ਅਗਰ ਉੱਥੇ ਵੀ ਕੋਈ ਅਖੰਡ ਪਾਠ ਬੁੱਕ ਕਰਨ ਵਾਸਤੇ ਆਂਦਾ ਹੈ ਤਾਂ ਗ੍ਰੰਥੀ ਸਿੰਘ ਆਪ ਕਹਿੰਦੇ ਨੇ ਕਿ ਨਹੀਂ ਜੀ ਤੁਸੀਂ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕਰੋ ਅਸੀਂ ਉੱਥੇ ਸਿੰਘ ਸਾਹਿਬ ਭੇਜਦੇ ਹਾਂ ਤਾਂ ਕੇ ਵਾਸਤੇ ਮਾਝ ਸਿੰਘ ਸਹਿਬਾਨ ਉੱਥੇ ਆਣਗੇ ਜੀ ਅਸੀਂ ਭੇਜਾਂਗੇ ਕਾਰਨ ਪੁੱਛ ਲਿਆ ਨਾ ਕਿ ਉੱਥੋਂ ਲਫਾਫੇ ਜਿਹੜੇ ਆਂਦੇ ਨੇ ਬਸ ਉੱਥੇ ਤੱਕ ਮਤਲਬ ਹੈ ਮਤਲਬ ਪਾਠ ਅਗਰ ਕੋਈ ਦਿਲੋਂ ਤੁਹਾਡੇ ਕੋਲ ਕਰਵਾਉਣ ਵਾਸਤੇ ਆਂਦਾ ਹੈ ਤਾਂ ਉਹਨੂੰ ਵੀ ਤੁਸੀਂ ਧੰਦਾ ਬਣਾ ਲਿਆ ਕਿ ਸਾਨੂੰ ਮੁਨਾਫਾ ਕਿਹੜੇ ਤਰੀਕੇ ਨਾਲ ਜ਼ਿਆਦਾ ਹੋਊਗਾ ਕੋਈ ਗੁਰੂ ਘਰ ਦੇ ਵਿੱਚ ਤਾਂ ਕੋਈ ਖਰਚਾ ਹੀ ਨਹੀਂ ਹੈਗਾ ਫालतू ਦਾ ਨਾ ਲੈ ਕੇ ਆਣਾ ਨਾ ਲੈ ਕੇ ਜਾਣਾ ਨਾ ਪੰਥ ਸਿੰਘ ਸਾਹਿਬਾਨ ਨੂੰ ਉੱਥੇ ਹਾਜ਼ਰ ਹੋਣ ਦੀ ਲੋੜ ਹੈਗੀ ਹੈ ਕਿਉਂਕਿ ਸਿੰਘ ਸਾਡੇ ਕੋਲ ਉੱਥੇ ਆਲਰੇਡੀ ਹੈਗੇ ਨੇ ਜਿਹੜੇ ਪਾਠੀ ਦਾ ਪਾਠ ਕਰਦੇ ਨੇ ਰੋਲ ਨਾਲ ਕਰਦੇ ਨੇ ਅਜ ਪਾਠ ਰਖਵਾਤਾ ਤੀਜੇ ਦਿਨ ਆ ਕੇ ਉਹਨਾਂ ਨੇ ਭੋਗ ਪਵਾ ਲੈਣਾ ਸਾਨੂੰ ਪਤਾ ਹੈ ਬਹੁਤ ਚੰਗੀ ਤਰ੍ਹਾਂ ਪਰ ਇਹ ਕਰਦੇ ਨੇ ਠੀਕ ਹੈ ਜੀ ਉਹ ਵੀ ਕਨਫਰਮ ਕਰ ਲਿਓ ਹੁਣ ਅਗਲੀ ਚੀਜ਼ ਇਹਨਾਂ ਨੂੰ ਤਾਂ ਇਹ ਵੀ ਪੁੱਛਿਓ ਕਿ ਗੁਰੂ ਘਰ ਦੇ ਬਾਹਰ ਦੁੱਖਣਵਾਰ ਜਦੋਂ ਅਸੀਂ ਇੰਟਰ ਕਰਦੇ ਆ ਠੀਕ ਹੈ ਖੰਡਾ ਚੌਕ ਵੱਲੋਂ ਉੱਥੇ ਤਿੰਨ ਚਾਰ ਚਾਹ ਦੇ ਸਟਾਲ ਸੀਗੇ ਫ੍ਰੀ ਸੇਵਾ ਸੀ ਚਾਹ ਦੀ ਜਦੋਂ ਬੀਬੀ ਨੇ ਸ਼ਰਾਬ ਪੀ ਪੀਤੀਆ ਦੁਖਨਵੰਤ ਸਾਹਿਬ ਗੁਰਦੁਆਰੇ ਦੇ ਅੰਦਰ ਜਾ ਕੇ ਖੈਰ ਉਹ ਨਿਰਮਲ ਸਿੰਘ ਸਿਆਣੀ ਵਿਚਾਰਾ ਜਿਹਨੇ ਬੀਬੀ ਨੂੰ ਸੌਦਾ ਲਾਇਆ ਤੇ ਧਾਮੀ ਸਾਹਿਬ ਕੇਸ ਆਈ ਥਿੰਕ ਤੁਸੀਂ ਲੜ ਰਹੇ ਹੋ ਉਹਦਾ ਹੁਣ ਐਸਜੀਪੀਸੀ ਲੜ ਰਹੀ ਉਹਦੇ ਤਾਂ ਇਹੀ ਕਿਹਾ ਗਿਆ ਸੀ ਪਰਿਵਾਰ ਨੂੰ 50000 ਰੁਪਿਆ ਵੀ ਐਸਜੀਪੀਸੀ ਵੱਲੋਂ ਦਿੱਤਾ ਗਿਆ ਨਿਰਮਲ ਦੇ ਪਰਿਵਾਰ ਨੂੰ ਪਰ ਕੀ ਬਣਿਆ ਨਿਰਮਲ ਦਾ ਅੰਦਰ ਹੀ ਆ ਹਲੇ ਤੱਕ ਠੀਕ ਹੈ ਜੀ ਕੇਸ ਲੜਦੇ ਆਂ ਅਸੀਂ ਤੇ ਤੁਹਾਡੇ ਮੈਨੇਜਰ ਦੀ ਕੰਪਲੇਂਟ ਦੇ ਉੱਤੇ ਹੀ ਨਿਰਮਲ ਸਿੰਘ ਜੇਲ੍ਹ ਦੇ ਵਿੱਚ ਹੈ ਠੀਕ ਹੈ ਮੰਨਦੇ ਹੋ ਨਾ ਐਪੀਸੋਡ ਮੇਰੇ ਕੋਲ ਹਲੇ ਤੱਕ ਹਲੇ ਤੱਕ ਵੀ ਪਿਆ ਹੋਇਆ ਮੈਨੇਜਰ ਨੂੰ ਉਦੋਂ ਗੱਲਾਂ ਨਹੀਂ ਸੀ ਸੁਝਰੀਆਂ ਜਦੋਂ ਦੁਖਨਵਾਰ ਸਾਹਿਬ ਜਦ ਬੈਠ ਕੇ ਮੈਂ ਸਾਹਮਣੇ ਸਾਹਮਣੇ ਗੱਲਾਂ ਕੀਤੀਆਂ ਸੀਗੀਆਂ ਠੀਕ ਹੈ ਜੀ ਅਸੀਂ ਆ ਆ ਉਦੋਂ ਤੁਹਾਡਾ ਕਿਉਂ ਨਹੀਂ ਫਰਜ਼ ਬਣਿਆ ਕਿ ਹਾਂ ਗੁਰੂ ਘਰ ਦੀ ਬੇਅਦਬੀ ਹੋਈ ਸੀ ਮੈਂ ਮੈਨੇਜਰ ਲੈਂਦਾ ਜ਼ਿੰਮੇਵਾਰੀ ਹੈ ਇਸ ਔਰਤ ਨਾਲ ਜੋ ਹੋਇਆ ਠੀਕ ਹੋਇਆ ਐਸਜੀਪੀ ਸੀ ਜ਼ਿੰਮੇਵਾਰੀ ਲੈਂਦੀ ਹੈ ਕਿ ਜੋ ਵੀ ਗੁਰੂ ਘਰ ਦੇ ਅੰਦਰ ਆ ਕੇ ਬੇਅਦਬੀ ਕਰੂਗਾ ਉਹਦਾ ਇਹੀ ਹਾਲ ਹੋਊਗਾ ਸੋਦਾ ਲਾਊਗਾ ਦਰਬਾਰ ਸਾਹਿਬ ਲੱਗਿਆ ਸੀ ਨਾ ਫਿਰ ਉੱਥੇ ਜ਼ਿੰਮੇਵਾਰੀ ਕਿਉਂ ਲੈ ਲਈ ਉੱਥੇ ਜੇ ਤੁਸੀਂ ਤੁਹਾਡੇ ਆਪਣੇ ਸਿੰਘ ਚੱਕੇ ਜਾਂਦੇ ਨਾ ਤਾਂ ਉਹਨਾਂ ਦੇ ਚਿੱਠੇ ਖੋਲ ਕੇ ਰੱਖ ਦੇਣੇ ਸੀਗੇ ਦਰਬਾਰ ਸਾਹਿਬ ਦੇ ਸਿੰਘ ਨੇ ਉਹਨੇ ਸੌਦਾ ਲਾ ਵੀ ਦਿੱਤਾ ਤਾਂ ਹਿੰਮਤ ਤੁਹਾਡੀ ਕਿੱਦਾਂ ਪੈਂਦੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਤੁਸੀਂ ਕੀ ਕਿਹਾ ਸੀ ਜੇ ਸਿੰਘਾਂ ਨੂੰ ਚੱਕਿਆ ਤਾਂ ਫਿਰ ਸਾਨੂੰ ਵੀ ਚੱਕਣ ਨੂੰ ਤਿਆਰ ਹੋ ਜਿਓ ਉਦੋਂ ਤਾਂ ਬੜੀ ਛੇਤੀ ਹਿੰਮਤ ਆ ਗਈ ਸੀ ਪਟਿਆਲੇ ਵਾਲੇ ਮਾਮਲੇ 'ਚ ਕਿਉਂ ਨਹੀਂ ਉਦੋਂ ਬੋਲਿਆ ਗਿਆ ਕਿਉਂਕਿ ਪਤਾ ਨਾ ਬਾਹਰ ਦਾ ਬੰਦਾ ਸਾਨੂੰ ਕੀ ਫਰਕ ਪੈਂਦਾ ਜੇ ਕੋਈ ਐਸਜੀਪੀਸੀ ਮੈਂਬਰ ਹੁੰਦਾ ਫੇਤ ਅਸੀਂ ਸੋਚਦੇ ਹੋਰ ਕਿ ਜੇ ਜੇਲ੍ਹ 'ਚ ਜਾ ਕੇ ਸਾਡੇ ਚਿੱਠੇ ਨਾਲ ਸਾਡੇ ਪੋਤੜੇ ਨਾਲ ਭੋਲਦੇ ਠੀਕ ਹੈ ਖੈਰ ਇਹਨੂੰ ਛੱਡੋ ਚਾਹ ਵਾਲੇ ਮਸਲੇ ਤੇ ਆਨੇ ਬਸ ਸਟਾਲ ਲੱਗੇ ਹੋਏ ਸੀ ਤੇ ਉਹਦੇ ਵਿੱਚ ਇੱਕ ਸਟਾਲ ਅਜਿਹਾ ਬੰਦਾ ਆ ਜਿਹੜਾ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਯੂਪੀ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਉਸਦੇ ਪਿਤਾ ਉਹ ਚਲਾ ਰਹੇ ਨੇ ਪਤ ਪੀਆ 20 25 ਸਾਲਾਂ ਤੋਂ ਉਹ ਸਟਾਲ ਚਾਹਦਾ ਫ੍ਰੀ ਚਾਹ ਦੀ ਸੇਵਾ ਸੀ ਸੰਗਤ ਜੀ ਡੇਢ 2 ਵਜੇ ਸੰਗਤ ਉੱਥੇ ਰਾਤ ਨੂੰ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਦਰਬਾਰ ਸਾਹਿਬ ਦੀ ਮਤਲਬ ਧੋਆ ਧੋਈ ਹੁੰਦੀ ਹੈ ਧੋਂਦੇ ਨੇ ਸੁੱਚਾ ਸੁੱਚਾ ਕਰਦੇ ਨੇ ਤੇ 2 2:30 ਵਜੇ ਚਾਹ ਦੇ ਲੰਗਰ ਉੱਥੇ ਸ਼ੁਰੂ ਹੋ ਜਾਂਦੇ ਨੇ ਮੁਫਤ ਸੇਵਾ ਸੀ ਅਬ ਬੀਬੀ ਦਾ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਬਸ ਇੱਕ ਬਹਾਨਾ ਮਿਲ ਗਿਆ ਕਿਸੇ ਤਰੀਕੇ ਨਾਲ ਇਹ ਚਾਹ ਦੀ ਸੇਵਾ ਇੱਥੋਂ ਚਕਵਾਈ ਜਾਵੇ ਹੁਣ ਬਾਹਰ ਜਿਹੜੀ ਸੰਗਤ ਆਂਦੀ ਹੈ ਜਾਂ ਗਰੀਬ ਆਂਦੇ ਨੇ ਤੇ ਇਹ ਕਹਿੰਦੇ ਨੇ ਕਿ ਉੱਥੇ ਆ ਕੇ ਭਈਏ ਚਾਹ ਪੀ ਕੇ ਜਾਂਦੇ ਨੇ ਤੇ ਭਈਏ ਗੰਦ ਪਾਉਂਦੇ ਨੇ ਗੁਰੂ ਦੇ ਲੰਗਰ ਵਾਸਤੇ ਅਸੀਂ ਕੈਟੇਗਰੀਜ਼ ਕਰਾਂ ਕਿ ਕਿਸੇ ਨੂੰ ਕਿੱਥੇ ਭਈਏ ਆਂਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਗੁਰੂ ਘਰ ਦੀ ਦਹਲੀਜ਼ ਦੇ ਅੰਦਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਹਰ ਪਾਸਿਓਂ ਪਰਪਖ ਰੱਖਿਆ ਜਾਵੇ ਮਰਿਆਦਾ ਦੇ ਅਹੀਨ ਰਵੇ ਉਹ ਚੀਜ਼ ਪਰਨਾ ਅਸੀਂ ਤਾਂ ਬਹਾਨੇ ਲੱਭਨੇ ਆ ਕਿ ਕੋਈ ਸੇਵਾ ਕਰਦਾ ਤੇ ਉਹਨੂੰ ਸੇਵਾ ਤੋਂ ਅਸੀਂ ਕਿੱਦਾਂ ਹਟਾਈਏ ਸੰਗਤ ਮਿੰਤਾ ਕਰਕੇ ਥੱਕ ਗਏ ਨਾ ਬੰਦਿਆਂ ਦੀਆਂ ਹੱਥ ਜੋੜੇ ਸੰਗਤ ਨੇ ਕਿ ਚਾਹ ਦੇ ਸਟਾਲ ਨਾ ਚੱਕੋ ਰਾਤ ਨੂੰ 2:30 ਵਜੇ ਅਸੀਂ ਸੇਵਾ ਵਾਸਤੇ ਆਨੇ ਆ ਤੇ ਅਸੀਂ ਸੇਵਾ ਕਰਦੇ ਜਦੋਂ ਜੀ ਕਰਦਾ ਤੇ ਬਾਹਰ ਜਾ ਕੇ ਅਸੀਂ ਚਾਹ ਪੀ ਲੈਨੇ ਆ ਨਾ ਜੀ ਲੰਗਰ ਘਰ ਜਾਓ ਪਿੱਛੇ ਤੁਰ ਕੇ 700 ਮੀਟਰ ਦੂਰ ਕਿਉਂ ਚੱਕੇ ਚਲੋ ਬਸ ਇਹਨਾਂ ਦੱਸ ਦਿਓ ਕਿਉਂ ਚੱਕੇ ਸਾਰਾ ਕੁਝ ਉਹਨਾਂ ਦਾ ਹਥਿਆਲ ਹੈ ਜਗਾ ਹਥਿਆਣੀ ਸੀ ਕਿਉਂਕਿ ਪਰਮਾਨੈਂਟ ਹੋ ਉਥੇ ਆ ਕੇ ਸਟਾਲ ਆਪਣੇ ਲਾਉਂਦੇ ਸੀ ਠੀਕ ਹੈ ਜੀ ਹੁਣ ਦੇਖੋ ਸਾਲ 2 ਸਾਲ ਬਾਅਦ ਉੱਥੇ ਦਾ ਠੇਕਾ ਕਿਸ ਨੂੰ ਦਿੱਤਾ ਜਾਂਦਾ ਉੱਥੇ ਹੋਰ ਕੀ ਕੀ ਬਣਦਾ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮਤਲਬ ਕੀ ਰਸਿੱਦ ਲੰਗਰ ਵਾਸਤੇ ਜਿਹੜੀ ਰਸਤ ਆਉਂਦੀ ਹੈ ਉੱਥੇ ਲੰਗਰ ਘਰ ਦੇ ਵਿੱਚ ਡੱਬੇ ਰੱਖੇ ਹੋਏ ਨੇ ਉੱਚ ਕੋਈ ਦੇਸੀ ਕੋਈ ਡਰੰਪ ਆ ਗਿਆ ਕੋਈ ਦਾਣ ਆ ਪਾ ਗਿਆ ਕੁਛ ਪਾ ਗਿਆ ਇਹ ਵੀ ਪਤਾ ਕਰ ਲਿਓ ਜੀ ਕੈਮਰੇ ਕਢਵਾ ਲਿਓ ਪਿਛਲੇ 15 ਦਿਨ ਦੀ ਰਿਕਾਰਡਿੰਗ ਤਾਂ ਹੁੰਦੀ ਹੈ ਲੰਗਰ ਹਾਲ ਤੇ ਠੀਕ ਹੈ ਉਹ ਰਸਤ ਜਿਹੜੀ ਆਉਂਦੀ ਹੈ ਕਿੰਨੀ ਲੰਗਰ 'ਚ ਵਰਤੀ ਜਾਂਦੀ ਹੈ ਤੇ ਡੱਬਿਆਂ ਦੇ ਡੱਬੇ ਚੱਕ ਕੇ ਕਿੱਥੇ ਜਾਂਦੇ ਨੇ ਬਾਕੀ ਦੇ ਠੀਕ ਹੈ ਹੋਰ ਤਾਂ ਹੋਰ ਬੜੀ ਚੀਪ ਜੀ ਗੱਲ ਆ ਕਰਦੇ ਕਰਨੀ ਵੀ ਨਹੀਂ ਚਾਹੀਦੀ ਮੈਨੂੰ ਪਰ ਫੇਰ ਵੀ ਕਰ ਦਿੰਨਾ ਗੁਰੂ ਘਰ ਦੇ ਵਿੱਚ ਕਿਸ ਖੁਸ਼ੀ ਦੇ ਪਰਵ ਦੇ ਉੱਤੇ ਕੋਈ ਜੇ ਮਠਾਈ ਦਾ ਡੱਬਾ ਲੈ ਕੇ ਆਵੇ ਨਾ ਤੇ ਜਿਹੜਿਆ ਗੁਰੂ ਘਰ ਦੇ ਬਾਹਰ ਦੁਕਾਨਾਂ ਨੇ ਤੇ ਉੱਥੋਂ ਕੋਈ ਲੱਡੂ ਲੱਡੂ ਲੈ ਆਵੇ ਤਾਂ ਫੇਰ ਉਹ ਤਾਂ ਨਾਲ ਦੀ ਨਾਲ ਭੋਗ ਲਵਾ ਕੇ ਕਹਦਣਗੇ ਜੀ ਜਾਓ ਲੱਡੂਆਂ ਦਾ ਡੱਬਾ ਲੈ ਕੇ ਬਾਹਰ ਵੰਡ ਦੋ ਸੰਗਤ ਨੂੰ ਜਾਂ ਫੜਾ ਦਿੰਦੇ ਨੇ ਉੱਥੇ ਹੀ ਪਰ ਹਾਂ ਜੇ ਕਿਸੇ ਬ੍ਰਾਂਡਡ ਕੰਪਨੀ ਦਾ ਮਠਾਈ ਦਾ ਡੱਬਾ ਵੀ ਹੈਗਾ ਨਾ ਤਾਂ ਉਹ ਭੋਗ ਲਵਾ ਕੇ ਡੱਬਾ ਉੱਥੇ ਹੀ ਰੱਖ ਲਿਆ ਜਾਂਦਾ ਤੇ ਫਿਰ ਉਹ ਮੈਨੇਜਰਾਂ ਦੇ ਗ੍ਰੰਥੀਆਂ ਦੇ ਇੱਧਰ ਉੱਧਰ ਉਧਰ ਹੀ ਜਾਂਦਾ ਆ। ਆਹ ਆ ਆਹ ਆਹ ਮਾਨਸਿਕਤਾ ਦੱਸ ਰਹੇ ਆ ਤੁਹਾਡੀ। ਆਹਾ। ਇਸ ਤੋਂ ਇਲਾਵਾ ਹੋਰ ਸੁਣਨਾ ਚਾਹੁੰਦੇ ਹੋ? ਬੀਤੇ ਦਿਨੀ ਆਈ ਥਿੰਕ ਜਿਆਦਾ ਸਮੇਂ ਦੀ ਗੱਲ ਨਹੀਂ ਐ। ਅ ਪੰਜਾਬ ਕੋ ਪੱਖੇ ਸ੍ਰੀ ਦਰਬਾਰ ਸਾਹਿਬ ਪਟਿਆਲੇ ਦੇ ਅੰਦਰ ਠੀਕ ਹੈ ਜੀ। ਪੰਜਾਬ ਅੱਖੇ ਕਿਸੇ ਸੇਵਾਦਾਰ ਨੇ ਮਤਲਬ ਦਿਲੋਂ ਗੁਰੂ ਦੇ ਪਿਆਰੇ ਨੇ ਦਿੱਤੇ ਸੀ ਸੇਵਾ ਕੀਤੀ ਸੀ ਪੰਜਾਬ ਅੱਖਿਆਂ ਦੀ ਬਸ ਇੰਨਾ ਪੁੱਛ ਲਿਓ ਮੈਨੇਜਰ ਸਾਹਿਬ ਤੋਂ ਕਿ ਉਹ 50 ਦਰਬਾਰ ਸਾਹਿਬ ਦੇ ਅੰਦਰ ਬਿਲਕੁਲ ਬ੍ਰੈਂਡ ਨਿਉ ਪੱਖੇ ਲੱਗੇ ਨੇ ਠੀਕ ਹੈ ਜੀ ਪੁਰਾਣੇ ਪੰਜਾਬ ਅੱਖੇ ਕਿੱਥੇ ਗਏ ਠੀਕ ਹੈ ਜੀ ਉਹ ਜ਼ਰੂਰ ਪੁੱਛੋ ਪੁਰਾਣੇ ਪੰਜਾਬ ਅੱਖੇ ਕਿੱਥੇ ਗਏ ਉਸ ਤੋਂ ਇਲਾਵਾ ਰਾਤ ਨੂੰ ਸੁਖਾਸਨ ਵਿਖੇ ਸੰਗਤ ਨੂੰ ਅੱਖਾਂ ਹੁੰਦਾ ਸੀ 30 ਦਰੀਆਂ ਜਿਹੜੀਆਂ ਵਿਛਾਈਆਂ ਜਾਂਦੀਆਂ ਸੀਗੀਆਂ 20 30 ਦਰੀਆਂ ਦੀ ਲੋੜ ਸੀ ਤੇ ਦਰੀਆਂ ਖਰਾਬ ਸੀਗੀਆਂ ਤੇ ਉਹ 30 ਦਰੀਆਂ ਵੀ ਸੰਗਤ ਵੱਲੋਂ ਹੀ ਲਿਆਂਦੀਆਂ ਗਈਆਂ ਤੇ ਮੈਨੇਜਰ ਨੇ ਬਿੱਲ ਉਹਦਾ ਕਿਉਂ ਮੰਗਿਆ ਪੱਖਿਆਂ ਦਾ ਬਿੱਲ ਕਿਉਂ ਮੰਗਿਆ ਮੈਨੇਜਰ ਨੇ ਏਸੀ ਆਇਆ ਸੀ ਏਸੀ ਦਾ ਬਿੱਲ ਕਿਉਂ ਮੰਗਿਆ ਕੂਲਰਾਂ ਦਾ ਉਹਦਾ ਤੇ ਇਹ ਸਿਰਫ ਦੁੱਖਨਵਰਨ ਸਾਹਿਬ ਗੁਰਦੁਆਰੇ ਦੀ ਗੱਲ ਨਹੀਂ ਹੈ ਐਸਜੀਪੀਸੀ ਦੇ ਜਿੰਨੇ ਗੁਰਦੁਆਰੇ ਨੇ ਕੋਈ ਵੀ ਸਿੱਖ ਸੰਗਤ ਦੇ ਵਿੱਚੋਂ ਆ ਕੇ ਉਹਨਾਂ ਨੂੰ ਕੁਝ ਵੀ ਦਾਨ ਕਰਦਾ ਹੈ ਇਲੈਕਟ੍ਰੋਨਿਕ ਡਿਵਾਈਸ ਹੋਵੇ ਅਨਾਜ ਹੋਵੇ ਦੇਸੀਕੇ ਹੋਵੇ ਕੁਝ ਵੀ ਹੋਵੇ ਇਹ ਬਿੱਲ ਜ਼ਰੂਰ ਮੰਗਦੇ ਨੇ ਇਹ ਕਿਉਂ ਇਹਨਾਂ ਨੂੰ ਕੀ ਮੌਤ ਪੈਂਦੀ ਹੈ ਤੇ ਬਿੱਲ ਕਿਉਂ ਮੰਗਦੇ ਨੇ ਉਹ ਇਹਨਾਂ ਤੋਂ ਪੁੱਛ ਲਿਓ ਵੈਸੇ ਮੈਂ ਦੱਸ ਦੇਣਾ ਕਿਉਂਕਿ ਜੋ ਵੀ ਸਮਾਨ ਆਂਦਾ ਹੈ ਇਹ ਫੇ ਬਿੱਲ ਚੜਾਉਂਦੇ ਨੇ ਆਪਣੇ ਰਿਕਾਰਡ ਤੇ ਕਿ ਇੰਨਾ ਸਮਾਨ ਜੀ ਅਸੀਂ ਮੰਗਵਾਇਆ ਆ ਆ ਤੇ ਉਹਨਾਂ ਗੁਰੂ ਦੀ ਗੋਲਕ ਦਾ ਪੈਸਾ ਇਹ ਸਰੀਆਮ ਸਿੱਧੇ ਤੌਰ ਤੇ ਖਾਂਦੇ ਨੇ ਠੀਕ ਹੈ ਜੀ ਵੈਸੇ ਤੁਹਾਨੂੰ ਪਤਾ ਹੋਏਗਾ ਧਾਮੀ ਸਾਹਿਬ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿਉਂਕਿ ਗੁਰੂ ਘਰ ਦਾ ਤੁਹਾਡੇ ਉੱਤੇ ਵੀ ਜ਼ਿੰਮੇਵਾਰੀ ਹੋਰ ਦੀ ਹੈਗੀ ਹੈ ਜੀ ਮੈਂ ਪੁੱਛਿਆ ਸੀਗਾ ਤੁਹਾਨੂੰ ਉਨੀ ਸੋ ਚੌਂਡ ਤੋਂ 2023 ਤੱਕ ਦਾ ਹਿਸਾਬ ਸਾਨੂੰ ਦੋ ਜੀ ਸਾਨੂੰ ਚਾਹੀਦਾ ਆ ਠੀਕ ਹੈ ਜੀ ਉਸ ਤੋਂ ਇਲਾਵਾ ਦੁਖਨਾਨ ਸਾਹਿਬ ਦੇ ਵਿੱਚ ਬੀਬੀਆਂ ਦੇ ਜਿਹੜਾ ਇਸ਼ਨਾਨ ਘਰ ਉਹਦੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ ਬੀਬੀਆਂ ਦੇ ਇਸ਼ਨਾਨ ਘਰ ਦੀ ਸੇਵਾ ਚੱਲ ਰਹੀ ਹੈ ਤੇ ਕਾਰ ਸੇਵਾ ਵਾਲੇ ਬਾਬੇ ਉਹਦੀ ਸੇਵਾ ਕਰਵਾ ਰਹੇ ਨੇ ਤੇ ਰੋਜ਼ 20 ਵਾਰ ਅਨਾਉਂਸ ਕੀਤਾ ਜਾਂਦਾ ਜੀ ਕਾਰ ਸੇਵਾ ਚੱਲ ਰਹੀ ਹੈ ਤੇ ਕਿਰਪਾ ਕਰਕੇ ਸੰਗਤ ਜੀ ਇੱਟਾਂ ਦੀ ਸੇਵਾ ਕਰੋ ਬਜਰੀ ਦੀ ਸੇਵਾ ਕਰੋ ਰੇਤਾ ਦੀ ਕਰੋ ਸੇਵਾ ਸੀਮਿੰਟ ਦੀ ਕਰੋ ਤੇ ਸਰੀਏ ਦੀ ਸੇਵਾ ਕਰੋ ਗੁਰਦੁਆਰੇ ਦੇ ਵਿੱਚ ਹੀ ਅਨਾਉਂਸ ਗ੍ਰੰਥੀ ਸਿੰਘ ਹੋਣ ਪਾਠੀ ਸਿੰਘ ਹੋਣ ਜੋ ਵੀ ਉੱਥੇ ਬੈਠੇ ਨੇ ਜਿਹਨਾਂ ਦੇ ਹੱਥ 'ਚ ਮਾਈਕ ਹੈ ਅਨਾਉਂਸ ਕਰਦੇ ਨੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਐਸਜੀਬੀਸੀ ਕੋਲ ਕਿਸ ਚੀਜ਼ ਦਾ ਘਾਟਾ ਹੈ ਜਿਹੜਾ ਬਾਰ-ਬਾਰ ਅਨਾਉਂਸ ਕਰਦੇ ਆ ਇਸ ਤੋਂ ਇਲਾਵਾ ਸਵੇਰੇ-ਸਵੇਰੇ ਮੈਂ ਕੀ ਬੋਲਦਿਆਂ ਐਫਐਮ ਸੁਣ ਰਿਹਾ ਸੀਗਾ 91.1 ਆਈ ਥਿੰਕ ਐਫਐਮ ਰੇਡੀਓ ਸਿਟੀ ਸ਼ਾਇਦ ਉਸ ਦੇ ਵਿੱਚ ਇੱਕ ਐਡ ਆ ਰਹੀ ਸੀ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਕਿ ਆਓ ਐਡਮਿਸ਼ਨ ਲਓ ਫਾਇਦਾ ਪਾਓ ਅਸੀਂ ਐਡਾਂ ਦੇ ਉੱਤੇ ਕਿਉਂ ਪੈਸਾ ਖਰਚ ਕਰਦੇ ਆ ਅਸੀਂ ਗੁਰੂ ਘਰਾਂ ਦੇ ਵਿੱਚ ਸਾਰੇ ਐਸਜੀਬੀਸੀ ਦੇ ਗੁਰੂ ਘਰਾਂ ਦੇ ਵਿੱਚ ਕਿਉਂ ਨਹੀਂ ਅ ਕਿ ਇਹ ਆ ਯੂਨੀਵਰਸਿਟੀ ਦੇ ਵਿੱਚ ਜੀ ਆਪਣੇ ਬੱਚਿਆਂ ਨੂੰ ਐਡਮਿਸ਼ਨ ਦਿਵਾਓ ਸਿੰਘ ਕੌਰ ਜਿਹਨਾਂ ਦੇ ਨਾਮ ਨਾਲ ਲੱਗਿਆ ਹੋਗਾ ਉਹਨਾਂ ਨੂੰ ਸਪੈਸ਼ਲ ਹੋਣਾ ਵਾਸਤੇ ਇੱਕ ਰਕਬਾ ਰੱਖਿਆ ਹੋਇਆ ਸੀ। ਇਹ ਰਿਜ਼ਰਵੇਸ਼ਨ ਰੱਖੀ ਹੋਈ ਐ ਸਿੱਖhane ਬੱਚਿਆਂ ਵਾਸਤੇ ਬਿਨਾਂ ਜਾਤ ਪਾਤ ਤੋਂ ਹੱਸ ਕੇ ਬੱਚੇ ਆਣਗੇ ਪਰ ਨਹੀਂ ਐਡਾ ਅਸੀਂ ਦੇਣੀਆ ਨੇ ਐਫ ਐਮ ਤੇ ਕਿਉਂ ਉਸ ਐਡਾਂ ਦੇ ਪਿੱਛੇ ਵੀ ਪੈਸਾ ਖਾਣਾ ਹੋਏਗਾ। ਠੀਕ ਹੈ ਜੀ ਲੱਖ ਰੁਪਏ ਦੀ ਐਡ ਹੋਏਗੀ ਤਾਂ 10 ਲੱਖ ਦਾ ਬਿੱਲ ਪਾਣਾ ਹੋਏਗਾ। ਕ੍ਰਾਸ ਚੈੱਕ ਕਰ ਲਓ ਤਾਂ ਜਸਟ ਮੈਂ ਇਸ ਵੇਰੇ ਐਡ ਸੁਣ ਰਿਆ ਸੀ ਗੱਡੀ ਦੇ ਵਿੱਚ ਤੇ ਦਿਮਾਗ ਚ ਆਇਆ ਤੇ ਮੈਂ ਨਿਕਲ ਗਿਆ ਹੁਣ ਜੋ ਆਂਦਾ ਕਿਉਂਕਿ ਅਸੀਂ ਸਕ੍ਰਿਪਟਾਂ ਲਿਖ ਕੇ ਨਹੀਂ ਬੈਠਦੇ ਠੀਕ ਹੈ ਜੀ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਤੋਂ ਬਾਅਦ ਆਈ ਥਿੰਕ ਮੱਕੜ ਦੇ ਵੇਲੇ ਅਗਰ ਮੈਂ ਗਲਤ ਨਹੀਂ ਹੈਗਾ ਇਹ ਵੀ ਤੁਸੀਂ ਕਨਫਰਮ ਕਰ ਲਓ ਜੀ ਮੱਕੜ ਦੇ ਵੇਲੇ ਅ ਬਾਬਾ ਅਮਰੀਕ ਸਿੰਘ ਠੀਕ ਹੈ ਜੀ ਕਾਰ ਸੇਵਾ ਵਾਲੇ ਉਹਨਾਂ ਨੂੰ ਸੋਨਾ ਦਿੱਤਾ ਗਿਆ ਸੀ ਮੱਕੜ ਦੇ ਵੇਲੇ ਉਹੋ ਉਸ ਦੀ ਪੁਸ਼ਟੀ ਜਿਹੜਾ ਨੇ ਕੀਤੀ ਸੀ ਦਲਮੇਗ ਸਿੰਘ ਖਟੜਾ ਨੇ ਕੀਤੀ ਸੀ ਐਸਜੀਪੀਸੀ ਸੈਕਟਰੀ ਹੀ ਸੀਗੇ ਠੀਕ ਹੈ ਜੀ ਇਹਨਾਂ ਨੇ ਇਸ ਦੀ ਪੁਸ਼ਟੀ ਕੀਤੀ ਸੀ ਸੋਨਾ ਦਿੱਤਾ ਗਿਆ ਸੀ ਕਿਹੜਾ ਦਸਤਾਵੇਜ਼ਾਂ ਦਾ ਦਿੱਤਾ ਗਿਆ ਸੀ ਕਿਉਂ ਦਿੱਤਾ ਗਿਆ ਸੀ ਉਹ ਥੋੜਾ ਜਿਹਾ ਖੋਗ ਕਰਕੇ ਦੱਸਿਓ ਜੀ ਠੀਕ ਹੈ ਕਿਉਂਕਿ ਵੀਡੀਓਜ਼ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੱਸਣ ਵਾਲੀਆਂ ਹੁੰਦੀਆਂ ਨੇ ਗੱਲ ਕਰਨ ਵਾਲੀਆਂ ਹੁੰਦੀਆਂ ਨੇ ਪਰ ਉਹ ਜ਼ਹਿਨ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਹੁਣ ਆ ਜਾਂਦੇ ਆ ਜੀ ਮੈਨੇਜਰ ਗੁਰਦੀਪ ਸਿੰਘ ਕੰਗ ਤਖਤ ਸ਼੍ਰੀ ਕੇਸਗੜ ਸਾਹਿਬ ਠੀਕ ਹੈ ਜੀ ਇਹਨਾਂ ਨੂੰ ਪੁੱਛੋ ਕਿ ਬੀਬੀ ਮੈਂ ਵੀਡੀਓ ਚਲਾ ਦੇਣਾ ਵੀਡੀਓ ਮੇਰੇ ਕੋਲ ਪਹੁੰਚੀ ਹੋਈ ਹੈ ਅਸੀਂ ਅਗਰ ਕਿਸੇ ਵੀ ਤਖਤ ਤੇ ਮੱਥਾ ਟੇਕਣ ਜਾਣੇ ਆ ਤੇ ਅਸੀਂ ਜੂੜੇ ਬਾਕੇ ਅੰਦਰ ਨਹੀਂ ਜਾ ਸਕਦੇ ਬੀਬੀ ਮੈਨੂੰ ਜਿੱਤਕ ਪਤਾ ਲੱਗੀ ਜਿੰਨੇ ਕੀ ਮੈਂ ਇਨਫੋਰਮੇਸ਼ਨ ਕਢਵਾਈ ਹੈ ਬੀਬੀ ਕਿਤੋਂ ਬਾਹਰੋਂ ਆਈ ਹੋਈ ਸੀ ਤੇ ਮੈਨੇਜਰ ਸਾਹਿਬ ਜਰਾਬਾ ਸਣੇ ਇਸ ਬੀਬੀ ਨੂੰ ਅੰਦਰ ਮੱਥਾ ਟੇਕਣ ਲੈ ਗਏ ਸੀ ਠੀਕ ਹੈ ਜੀ ਵੀਡੀਓ ਚੱਲਦੀ ਪਈ ਹੈ ਅਮਰਜੀਤ ਸਿੰਘ ਚਾਵਲਾ ਮੈਂਬਰ ਐਸਜੀਪੀਸੀ ਨੂੰ ਮਤਲਬ ਹੁਣ ਅਮਰਜੀਤ ਸਿੰਘ ਚਾਵਲਾ ਜਿਹੜੇ ਹੈਗੇ ਨੇ ਮੈਂਬਰ ਐਸਜੀਪੀਸੀ ਨੇ ਠੀਕ ਹੈ ਜੀ ਜੀ ਅਨੀ ਕਾਲਜ ਹੈ ਇਹਨਾਂ ਦੇ ਪੁੱਤ ਜੀ ਤੇ ਇਹਨਾਂ ਦੀ ਨੂੰਹ ਰਾਣੀ ਦੋਨੋਂ ਇਸ ਕਾਲਜ ਦੇ ਵਿੱਚ ਕੰਮ ਕਰਦੇ ਨੇ ਦੋਨੋਂ ਹੁਣ ਮੈਨੂੰ ਕਾਮੀ ਸਾਹਿਬ ਤੁਸੀਂ ਦੱਸੋ ਕਿ ਐਸਜੀਪੀਸੀ ਦੇ ਵਿੱਚ ਨੌਕਰੀ ਕਰਨ ਦਾ ਕ੍ਰਾਈਟੇਰੀਆ ਕੀ ਹੈ ਨੌਕਰੀ ਕਰਨ ਵਾਸਤੇ ਬਲੱਡ ਰਿਲੇਸ਼ਨ ਦੇ ਕਿੰਨੇ ਬੰਦੇ ਕੰਮ ਕਰ ਸਕਦੇ ਨੇ ਇੱਕੋ ਹੀ ਇੱਕ ਪਰਿਵਾਰ ਦਾ ਇੱਕੋ ਹੀ ਜੀ ਕੰਮ ਕਰ ਸਕਦਾ ਈਵਨ ਚਾਚੇ ਤਾਇਆ ਦੇ ਵਿੱਚੋਂ ਵੀ ਨਹੀਂ ਹੁ ਦੂਜਾ ਹੋ ਸਕਦਾ ਮਤਲਬ ਬਲੱਡ ਰਿਲੇਸ਼ਨ ਜਿਹੜਾ ਹੈਗਾ ਉਹਦੇ ਵਿੱਚੋਂ ਨਹੀਂ ਹੋ ਸਕਦਾ ਇਹ ਤਾਂ ਮੈਂ ਇੱਕ ਐਗਜ਼ਾਮਪਲ ਦਿੱਤੀ ਆ ਹੋਰ ਕਿੰਨੀਆਂ ਚਾਹੀਦੀਆਂ ਨੇ ਉਹ ਵੀ ਕੱਢ ਕੇ ਦੇ ਦੂੰਗਾ ਠੀਕ ਹੈ ਜੀ ਅਮਰਜੀਤ ਸਿੰਘ ਚਾਹਵਲਾ ਜੀ ਦਾ ਇੱਕ ਐਗਜ਼ਾਮਪਲ ਹੈ ਪੋਤੇ ਦੇ ਨੂੰ ਜਿਹਨਾਂ ਦਾ ਕੰਮ ਕਰਦੇ ਨੇ ਬੜੇ ਨੇ ਚਾਚੇ ਤਾਏ ਭਤੀਜੇ ਭਤੀਜੀਆਂ ਸਾਰੇ ਲੈਣ ਸਿਰ ਐਸਜੀਪੀਸੀ 'ਚ ਫਿੱਟ ਕੀਤੇ ਹੋਏ ਨੇ ਇਹ ਵੀ ਮੈਂ ਜ਼ਰੂਰ ਕਹਿਣਾ ਹੈ ਵੀ ਤੁਸੀਂ ਆਪ ਜਾਂਦਾ ਦੱਸ ਦਿਓ ਜਾਂ ਛਾਂਟੀ ਕਰਨਾ ਸ਼ੁਰੂ ਕਰ ਦਿਓ ਨਹੀਂ ਤਾਂ ਫਿਰ ਰਾਈਟ ਟੂ ਇਨਫੋਰਮੇਸ਼ਨ ਤਾਂ ਹੈਗੀ ਆ ਠੀਕ ਹੈ ਜੀ ਆਰਡੀਆਈ ਪਾ ਕੇ ਫੇਰ ਘਟਵਾਣਾ ਪਊਗਾ ਸਾਰਾ ਕੁਝ ਤੇ ਵੈਸੇ ਉਹ ਪੈ ਵੀ ਜਾਣੀਆਂ ਨੇ ਥੋੜੇ ਦਿਨਾਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜਿਹੜੀ ਵੀਆਈਪੀ ਸਰਾਹ ਆ ਧਿਆਨ ਨਾਲ ਸੁਣਨਾ ਸੰਗਤ ਜੀ ਵੀਆਈਪੀ ਸਰਾਹ ਦੇ ਵਿੱਚ ਇਹਨਾਂ ਦੇ ਕਮਰਾ ਨੰਬਰ 3 ਤੇ 4 ਲਗਾਤਾਰ ਬੁੱਕ ਨੇ ਮਤਲਬ ਕੋਈ ਨਹੀਂ ਆ ਸਕਦਾ ਉਹਨਾਂ ਕਮਰਿਆਂ ਦੇ ਵਿੱਚ ਰੂਮ ਨੰਬਰ 4 ਤੇ 3 ਵੀਆਈਪੀ ਸਰਾਹ ਸ਼੍ਰੀ ਕੇਸਗੜ੍ਹ ਸਾਹਿਬ ਠੀਕ ਹੈ ਜੀ ਉਸ ਸਰਾਹ ਦਾ ਤਕਰੀਬਨ 1200 ਰੁਪਏ ਦੇ ਲਗਭਗ ਕਿਰਾਇਆ ਹੈਗਾ ਆ ਇੱਕ ਦਿਨ ਦਾ ਤੇ ਇਹਨਾਂ ਦੇ ਕੋਲ 2011 ਤੋਂ 2023 ਤੱਕ ਹੁਣ ਤੱਕ ਮਤਲਬ ਟਿਲ ਡੇਟ ਉਹ ਕਮਰੇ ਬੁੱਕ ਨੇ ਜਿਨ੍ਹਾਂ ਦਾ ਕਿਰਾਇਆ ਲਗਭਗ 43000 432000 ਬਣਦਾ ਹੈ ਮੈਨੂੰ ਪਲੀਜ਼ ਤਮੀਸ ਸਾਹਿਬ ਐਸਜੀਪੀਸੀ ਮੈਂਬਰੋ ਦੱਸਿਓ ਵੀ ਇਹ ਕਿਰਾਇਆ ਇਹਨਾਂ ਨੇ ਕਦੋਂ ਪੇ ਕੀਤਾ ਤੇ ਕਿਉਂ ਅਸੀਂ ਆਪਣੇ ਮੈਂਬਰਾਂ ਨੂੰ ਪ੍ਰਧਾਨਾਂ ਨੂੰ ਜਥੇਦਾਰਾਂ ਨੂੰ ਜਾਂ ਮੌਤਵਰਾਂ ਨੂੰ ਕਮਰੇ ਪਵਨਟ ਬੁੱਕ ਕਰਕੇ ਦੇ ਦੇਣੇ ਆ ਠੀਕ ਹੈ ਜੀ ਪ੍ਰੂਫ ਚਾਹੀਦੇ ਹੋਣਗੇ ਉਹ ਵੀ ਤੁਹਾਨੂੰ ਮਿਲ ਜਾਣਗੇ ਵੈਸੇ ਕਨਫਰਮ ਹੀ ਕਰ ਲਿਓ ਮੇਟਾ ਪਹਿਲਾਂ ਵੀ ਖੁੱਲਾ ਸਦਾ ਦਿੱਤਾ ਅਸੀਂ ਆਪਣਾ ਪੈਨਲ ਪੂਰਾ ਲੈ ਕੇ ਆ ਜੇ ਨੇ ਤੁਸੀਂ ਆਪਣਾ ਪੂਰਾ ਪੈਨਲ ਲਾਓ ਸਾਹਮਣੇ ਸਾਹਮਣੇ ਬਹਿ ਕੇ ਡਿਬੇਟ ਕਰ ਲੈਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉੱਥੇ ਹੀ ਹੋ ਜਾਊਗਾ ਕੀ ਹੁੰਦਾ ਕੀ ਨਹੀਂ ਹੁੰਦਾ ਉਸ ਤੋਂ ਬਾਅਦ ਅੱਗੇ ਆਜੋ ਮੁਹਾਲੀ ਪਿੰਡ ਬਲੋਂਗੀ ਠੀਕ ਹੈ ਜੀ 36 ਮਰਲੇ ਜ਼ਮੀਨ ਸੀ ਪਿੰਡ ਬਲੋਂਗੀ ਦੀ ਗੁਰੂ ਘਰ ਦੇ ਅੰਦਰਾਂ ਦੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਜ਼ਮੀਨਾਂ ਦੀ ਕੇਅਰ ਟੇਕਰ ਐਸਜੀਪੀਸੀ ਹੈਗੀ ਆ ਉਹ ਉਹਨਾਂ ਜ਼ਮੀਨਾਂ ਦੀ ਸਿਰਫ ਕੇਅਰ ਟੇਕਰ ਆ ਜ਼ਮੀਨ ਵੇਚ ਨਹੀਂ ਸਕਦੀ ਐਸਜੀਪੀਸੀ ਇੰਚ ਨਹੀਂ ਵੇਚ ਸਕਦੀ ਠੀਕ ਹੈ ਜੀ ਹੁਣ ਬਲੋਂਗੀ ਦੇ ਵਿੱਚ ਕੀ ਹੋਇਆ ਬਲੋਂਗੀ ਠੀਕ ਹੈ ਜੀ ਤੇ ਅੱਜ ਉੱਥੇ ਦੀ ਜ਼ਮੀਨ ਦਾ ਜਿਹੜਾ ਮਰਲੇ ਦੀ ਕੀਮਤ ਜਿਹੜੀ ਹੈਗੀ 8 ਤੋਂ 10 ਲੱਖ ਹੈ ਅਗਰ ਮੈਂ ਗਲਤ ਨਹੀਂ ਹਾਂ ਇਹਨਾਂ ਨੇ ਉਸ ਵੇਲੇ 232000 ਨੂੰ ਮਰਲਾ ਵੇਚਿਆ ਠੀਕ ਹੈ ਜੀ ਤੇ ਹੁਣ ਉਸ ਵੇਲੇ ਵੇਚਿਆ ਕਿਤਾ ਆਪਣੇ ਮੈਂਬਰ ਖੜੇ ਕਰਕੇ ਇਹਨਾਂ ਨੇ ਵੇਚਿਆ ਠੀਕ ਹੈ ਜੀ ਤੇ ਮਹਿੰਦਰ ਸਿੰਘ ਹੁਸੈਨਪੁਰ ਠੀਕ ਹੈ ਇਹਨਾਂ ਨੇ ਮੁੱਦਾ ਚੁੱਕਿਆ ਸੀ ਇਹ ਪਹਿਲਾਂ ਮਹਿੰਦਰ ਸਿੰਘ ਹੁਸੈਨਪੁਰ ਨੇ ਇਹ ਮੁੱਦਾ ਚੁੱਕਿਆ ਸੀ ਫੇਸਬੁਕ ਤੇ ਇਹ ਲਾਈਵ ਹੋਏ ਸੀਗੇ ਐਸਜੀਪੀਸੀ ਦੇ ਜਸਵੀਰ ਸਿੰਘ ਮੈਨੇਜਰ ਜਿਹਨਾਂ ਦਾ ਅਕਾਲੀਆਂ ਦੇ ਨਾਲ ਬਹੁਤ ਚੰਗਾ ਰਿਸ਼ਤਾ ਆ ਉਹ ਹੋਗੇ ਪਰਮਜੀਤ ਕੌਰ ਲਾਂਡਰਾ ਚਰਨਜੀਤ ਸਿੰਘ ਅਕਾਲੇਵਾਲ ਪੰਘਾਲੀ ਮੀਤ ਸਕੱਤਰ ਠੀਕ ਹੈ ਜੀ ਆਪਣੇ ਹੀ ਇਹਨਾਂ ਨੂੰ ਆਪਣੇ ਹੀ ਬੰਦਿਆਂ ਨੂੰ ਐਸਜੀਪੀਸੀ ਮੈਂਬਰ ਨੇ ਇਹ ਸਾਰੇ ਇਹਨਾਂ ਨੂੰ ਹੀ ਖੜਾ ਕਰਕੇ ਇਹ ਜ਼ਮੀਨ ਵੇਚੀ ਗਈ ਜੇ ਤੁਹਾਨੂੰ ਸਾਹਿਬ ਨਹੀਂ ਪਤਾ ਤਾਂ ਪੁੱਛ ਲਿਓ ਇਹ ਜਿਹੜਾ ਘਪਲਾ ਇਹਨਾਂ ਨੇ ਉਸ ਵੇਲੇ ਕੀਤਾ ਤੇ ਕਿੱਦਾਂ ਕੀਤਾ ਇਹ ਜ਼ਮੀਨ ਕਿੱਦਾਂ ਵੇਚੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਨਿਲਾਮੀ ਹੋਣ ਲੱਗੀ ਸੀ ਜ਼ਮੀਨ ਦੀ ਬਸ ਉਹ ਨਿਲਾਮੀ ਦਾ ਨਿਕਲ ਗਏ ਸੀਗੇ ਕਾਗਜ਼ ਪੱਤਰ ਫਿਰ ਨਿਲਾਮੀ ਹੁਣ ਬਚ ਗਈ ਤੇ ਇਹਨਾਂ ਨੇ ਆਪਣੇ ਮੈਂਬਰ ਖੜੇ ਕਰਕੇ ਖੁਰਕ ਕਰਤੀ ਜ਼ਮੀਨ ਗੁਰੂ ਘਰ ਦੀ ਜ਼ਮੀਨ ਹੈ ਜੀ ਜਿਹੜਾ ਨੇ ਵੀ ਖੁਰਕ ਕੀਤੀ ਹੈ ਤੁਹਾਡਾ ਤਾਂ ਵੀ ਸਾਫ ਫਰਜ਼ ਬੰਦਾ ਵਾਪਸ ਲਾ ਕੇ ਆਓ ਠੀਕ ਹੈ ਜੀ ਹਰ ਕੀ ਪੌੜੀ ਅਖੰਡ ਪਾਠ ਸਾਹਿਬ ਕਰਵਾਉਣ ਵਾਸਤੇ ਹਜ਼ਾਰਾਂ ਰੁਪਏ ਰਿਸ਼ਵਤ ਲੈ ਕੇ ਅਖੰਡ ਪਾਠ ਬੁੱਕ ਕੀਤੇ ਮੈਨੇਜਰ ਮੁਖਤਿਆਰ ਸਿੰਘ रजेंद्र सिंह एडिशनल मैनेजर जबो ए सारा मामला मीडिया ਦੇ ਵਿੱਚ ਆਇਆ ਤਾਂ ਫਿਰ ਇਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਪਰ ਅਜ ਤੱਕ ਇਸ ਮਾਮਲੇ ਦੀ ਕੋਈ ਸੁਣਵਾਈ ਨਹੀਂ ਹੋਈ ਮਤਲਬ ਇਹਨਾਂ ਦੇ ਅਗੇਂਸਟ ਕਦੀ ਐਕਸ਼ਨ ਲਿੱਤਾ ਹੀ ਨਹੀਂ ਗਿਆ ਤੁਹਾਨੂੰ ਇਹਦਾ ਵੀ ਪਤਾ ਹੋਊਗਾ ਠੀਕ ਹੈ ਜੀ ਕਨਫਰਮ ਇਹ ਵੀ ਕਰ ਲਿਓ ਤੁਸੀਂ ਹੁਣ ਕਰੋਨਾ ਕਾਲ ਦੌਰਾਨ ਮੈਨੇਜਰ ਮੁਖਸਰ ਸਾਹਿਬ ਠੀਕ ਹੈ ਜੀ ਮੈਨੇਜਰ ਨੇ ਮਤਲਬ ਕਣਕ ਦਾ ਕਪਲਾ ਕੀਤਾ ਸੀ ਮੋٹے ਪੱਦਰ ਦੇ ਉੱਤੇ ਕਣਕ ਦਾ ਕਪਲਾ ਕੀਤਾ ਸੀ ਅਖਬਾਰਾਂ ਦੀਆਂ ਵੀ ਸੁਰਖੀਆਂ ਬਣੀਆਂ ਸੀ ਇਹ ਠੀਕ ਹੈ ਜੀ ਇਨਕੁਆਰੀ ਵੀ ਬੈਠੀ ਸੀ ਫਲਾਈਂਗ ਡਿਪਾਰਟਮੈਂਟ ਨੇ ਤਾਂ ਇਨਕੁਆਰੀ ਕੀਤੀ ਸੀ ਬਟ ਉਹ ਵੀ ਗੋਮਗੋਲਾ土 ਮਿੱਟੀ ਛਾੜੀ ਇਹ ਤਾਂ ਮੈਂ ਤੁਹਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਦੱਸੀ ਜਾ ਰਿਹਾ ਹਾਂ ਠੀਕ ਹੈ ਤੇ ਹੁਣ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਧਿਆਨ ਪੈਣਾ ਜਿਹੜੀਆਂ ਵੀ ਇਹ ਵੀਡੀਓ ਦੇਖ ਰਹੀਆਂ ਨੇ ਕਿਰਪਾ ਕਰਕੇ ਉਹ ਵੀਡੀਓ 5-7 ਮਿੰਟ ਨਾ ਦੇਖੋ ਉਸ ਤੋਂ ਬਾਅਦ ਦੇਖ ਲਿਓ ਠੀਕ ਹੈ ਜੀ ਕਿਉਂਕਿ ਹੁਣ ਜਿਹੜੀਆਂ ਗੱਲਾਂ ਕਹਿਣ ਲੱਗਾ ਧਾਮੀ ਸਾਹਿਬ ਮੇਰਾ ਜੀ ਨਹੀਂ ਕਰਦਾ ਇਹ ਗੱਲਾਂ ਕਰਨ ਨੂੰ ਪਰ ਤੁਹਾਨੂੰ ਪਤਾ ਲੱਗਣਾ ਚਾਹੀਦਾ ਤੁਹਾਡੇ ਐਸਜੀਪੀਸੀ ਮੈਂਬਰ ਤੁਹਾਡੇ ਸੀਨੀਅਰ ਅਹੁਦੇਦਾਰ ਸਕੱਤਰ ਉਹਨਾਂ ਦੀਆਂ ਮਤਲਬ ਉਹ ਕਿੰਨੇ ਕੀ ਬਾਣੀ ਬਣ ਦੇ ਧਾਰਨੀ ਨੇ ਜਾਂ ਕਿੰਨੇ ਕੀ ਪਰਪੱਖ ਰਹੇ ਨੇ ਤੇ ਤੁਹਾਡਾ ਬਾਦਲਾ ਦੇ ਨਾਲ ਕੀ ਰਿਸ਼ਤਾ ਹੈ ਜਿਹੜਾ ਤੁਸੀਂ ਕਹਿੰਦੇ ਹੋ ਨਹੀਂ ਹੈ ਠੀਕ ਹੈ ਜੀ ਇੱਕ ਐਗਜ਼ਾਮਪਲ ਦੇਣਾ ਉੱਤੇ ਤੁਹਾਨੂੰ ਪਤਾ ਲੱਗ ਜਾਏ ਨਸ਼ਹਿਰਾ ਪੰਨੂਾ ਚੇ ਸਰਦਾਰ ਬਲਬੀਰ ਸਿੰਘ ਪੰਨੂ ਠੀਕ ਹੈ ਜੀ ਸੀਨੀਅਰ ਪ੍ਰਧਾਨ ਸੀਗਾ ਸੀਨੀਅਰ ਮੀਤ ਪ੍ਰਧਾਨ ਸੀ ਐਸਜੀਬੀਸੀ ਦੇ ਠੀਕ ਹੈ ਸੀਨੀਅਰ ਮੀਤ ਪ੍ਰਧਾਨ ਸੀ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ ਐਕਸੀਡੈਂਟ ਦੌਰਾਨ ਆਈ ਥਿੰਕ ਉਹਨਾਂ ਦੀ ਬੇਟੀ ਨਾਲ ਸੀਗੀ ਤੇ ਉਹਦੀ ਵੀ ਸ਼ਾਇਦ ਮੌਤ ਹੋ ਗਈ ਸੀ ਬੱਚੀ ਦੀ ਵੀ ਤੇ ਐਕਸੀਡੈਂਟ ਜਿਹੜੀ ਗੱਡੀ ਦੇ ਵਿੱਚ ਹੋਇਆ ਉਸ ਗੱਡੀ ਦੇ ਵਿੱਚ दारू ਦੀਆਂ ਪੇਟੀਆਂ ਪਈਆਂ ਸੀ ਪੇਟੀਆਂ ਪਈਆਂ ਸੀ ਪੇਟੀ ਪਈ ਸੀ दारू ਦੀ ਪੇਟੀ ਪਈ ਸੀ ਸ਼ਾਇਦ ਇਹ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸੰਸਕਾਰ ਕਰਨ ਦਾ ਟਾਈਮ ਆਇਆ ਅਓਬਜ਼ੇਪੀ ਉਸ ਤੋਂ ਪਹਿਲਾਂ ਨਹਾਉਣ ਦੀ ਰਸਮ ਹੁੰਦੀ ਹੈ ਤੇ ਪੰਜ ਸਿੰਘ ਸਹਿਬਾਨ ਜਦੋਂ ਆਏ ਜਦੋਂ ਬਲਬੀਰ ਸਿੰਘ ਨੂੰ ਇਸ਼ਨਾਨ ਕਰਵਾਉਣ ਲੱਗੇ ਉਹਨਾਂ ਦੇ ਕੱਪੜੇ ਉਤਾਰੇ ਗਏ ਤਾਂ ਉੱਤੋਂ ਉਹ ਬਾਣੀ ਬਾਣੇ ਦਾ ਧਾਰ ਨਹੀਂ ਸੀ ਤੇ ਥੱਲੇੋਂ ਕਲੀਨ ਸ਼ੇਵ ਸੀ ਸਮਝ ਸਕਦੇ ਹੋ ਤੁਸੀਂ ਮੈਨੂੰ ਇਹ ਸ਼ਬਦ ਬੋਲਦੇ ਹੋਏ ਸ਼ਰਮ ਆ ਰਹੀ ਹੈ ਪਰ ਮੈਨੂੰ ਬੋਲਣਾ ਪੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਪੰਜ ਸਿੰਘ ਸਹਿਵਾਨਾ ਨੇ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਸੀਗਾ ਕਿ ਇਹ ਸਿੱਖ ਹੈ ਹੀ ਨਹੀਂ ਇਸ ਪਤਿਤ ਸਿੱਖ ਦਾ ਅਸੀਂ ਅਰਦਾਸ ਇਸ ਪਤਿਤ ਸਿੱਖ ਦੀ ਨਹੀਂ ਕਰ ਸਕਦੇ ਅਸੀਂ ਇਸ ਦੀ ਇਸ ਨੂੰ ਸ਼ਗਨਾਰ ਵੀ ਨਹੀਂ ਕਰਵਾ ਸਕਦੇ ਨਾਲ ਦੀ ਨਾਲ ਬਾਦਲ ਸਾਹਿਬ ਨੂੰ ਫੋਨ ਖੜਕਾਇਆ ਗਿਆ ਜੀ ਬਾਦਲ ਸਾਹਿਬ ਨੂੰ ਕਿਹਾ ਗਿਆ ਬਾਦਲ ਸਾਹਿਬ ਸਰਦਾਰ ਸਾਹਿਬ ਜਿਹਨਾਂ ਦਾ ਅਸੀਂ ਆਏ ਹਾਂ ਬਲਵੀਰ ਜੀ ਦਾ ਸੰਸਕਾਰ ਕਰਨ ਵਾਸਤੇ ਅਸੀਂ ਅੰਤਿਮ ਅਰਦਾਸ ਇਹਦੀ ਨਹੀਂ ਕਰ ਸਕਦੇ ਕਿਉਂਕਿ ਇਹ ਸਿੱਖ ਪਤਿਤ ਹੈ ਤੇ ਅੱਗਿਓ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਕਿ ਜੋ ਮਰਜ਼ੀ ਹੋਵੇ ਤੁਹਾਨੂੰ ਤੁਹਾਡੀ ਨੌਕਰੀ ਦਾ ਵਾਸਤਾ ਫਟਾਫਟ ਅਰਦਾਸ ਕਰੋ ਤੇ ਨਬੇੜੋ ਇਹਨੂੰ ਤੁਹਾਨੂੰ ਤੁਹਾਡੀ ਨੌਕਰੀ ਦਾ ਵਾਸਤਾ ਹੁਣ ਇਹ ਤਾਂ ਤੁਹਾਡੇ ਵਾਸਤੇ ਧਾਮੀ ਸਾਹਿਬ ਔਖਾ ਨਹੀਂ ਹੋਣਾ ਕਿ ਸਰਦਾਰ ਬਲਵੀਰ ਸਿੰਘ ਪੰਨੂ ਤੁਹਾਡੇ ਮੀਤ ਵਧਾਨ ਜਿਹੜੇ ਸੀਗੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਕਿਹੜੇ ਪੰਜ ਸਿੰਘ ਸਹਿਬਾਨ ਤੁਹਾਡੇ ਵੱਲੋਂ ਗਏ ਸੀ ਉੱਥੋਂ ਕਨਫਰਮ ਕਰ ਸਕਦੇ ਹੋ ਉੱਤੇ ਹੋਰ ਵੀ ਬੜੇ ਆਈ ਵਿਟਨੈਸ ਸੀਗੇ ਤੁਹਾਡੇ ਸਿੰਘ ਸਹਿਬਾਨਾਂ ਦੇ ਨਾਲ ਹੀ आई विटनेस ਹੋਰ ਵੀ ਉੱਥੇ ਸੀਗੇ 2-4 ਠੀਕ ਹੈ ਜੀ ਉਹਨਾਂ ਨੇ ਹੀ ਦੱਸਿਆ ਹੈ ਪ੍ਰੂਫ ਵੀ ਹੈਗੇ ਨਹੀਂ ਉਹਨਾਂ ਕੋਲ ਠੀਕ ਹੈ ਜੀ ਹੁਣ ਤੁਸੀਂ ਯਾਦ ਕਰਵਾ ਲਿਓ ਪੰਜ ਸਿੰਘ ਸਾਹਿਬਾ ਨੂੰ ਪੁੱਛ ਲਿਈ ਵੀ ਹੋਰ ਕਿੰਨੇ ਬੰਦੇ ਤੁਹਾਡੇ ਨਾਲ ਸੀਗੇ ਕੀ ਮਰ ਜਾਣੇ ਉਹ ਤੁਹਾਡੇ ਤੋਂ ਇਲਾਵਾ ਹੋਰ ਕਿਹਨੂੰ ਕਿਹਨੂੰ ਇਹ ਗੁਪਤ ਚੀਜ਼ ਪਤਾ ਸੀ ਠੀਕ ਹੈ ਮਤਲਬ ਸ਼ਰਮ ਆਂਦੀ ਆ ਯਾਰ ਤੁਸੀਂ ਆਪ ਸੋਚੋ ਦਿਲ ਰੋਂਦਾ ਸਾਡੀ ਸਰਮੋਹਰ ਜਥੇਬੰਦੀ ਹੈ ਸਿੱਖਾਂ ਦੀ ਸਰਮੋਰ ਜਥੇਬੰਦੀ ਫਿਰ ਤੁਸੀਂ ਕਹਿੰਦੇ ਹੋ ਗੁੜ ਦੇ ਵਿੱਚ ਮਿੱਠਾ ਜ਼ਹਿਰ ਮਿਲਾ ਕੇ ਦਿੱਤਾ ਜਾ ਰਿਹਾ ਤੁਸੀਂ ਆਪਣੇ ਜਿਹੜੇ ਮੀਤ ਪ੍ਰਧਾਨ ਪ੍ਰਧਾਨ ਬਣਾਇਆ ਜਥੇਦਾਰ ਬਣਾਇਆ ਉਹਨਾਂ ਨੂੰ ਤਾਂ ਪਹਿਲਾਂ ਸੁਧਾਰ ਲਓ ਉਹਨਾਂ ਨੂੰ ਤੇ ਇੱਕ ਲੀਕ ਤੇ ਲੈ ਆਓ ਉਹਨਾਂ ਨੂੰ ਦੱਸ ਦਿਓ ਕੀ ਕਰਨਾ ਹੈ ਉਹਨਾਂ ਨੇ ਕੀ ਨਹੀਂ ਕਰਨਾ ਠੀਕ ਹੈ ਜੀ ਵੈਸੇ ਪੌਂਟਾ ਸਾਹਿਬ ਵੀ ਤੁਹਾਨੂੰ ਮੈਂ ਪੁੱਛਿਆ ਸੀਗਾ ਕਿਰਪਾ ਕਰਕੇ ਉਹ ਵੀ ਮੈਨੂੰ ਦੱਸ ਦੇਣਾ ਕਿ ਪੌਂਟਾ ਸਾਹਿਬ ਦੀ ਜ਼ਮੀਨ ਜਾਇਦਾਦ ਕਿੰਨਾ ਖਰਚਾ ਹੁੰਦਾ ਆ ਬਿੱਲ ਬੋਲ ਕਿੱਥੇ ਨੇ ਕਿੰਨੀ ਗੋਲਗ ਹੁੰਦੀ ਆ ਜਾਨਵਰ ਕਿੱਥੇ ਗਏ 1967 ਤੋਂ 2023 ਤੱਕ ਬਸ ਇੰਨਾ ਕਹਾਂਗਾ ਜੀ ਠੀਕ ਹੈ ਜੀ ਬਾਕੀ ਹਾਂ ਐਸਜੀਪੀਸ ਦੇ ਜਿਹੜੇ ਵੀ ਮੈਂਬਰ ਚਾਹੁੰਦੇ ਨੇ ਕਿ ਮੇਰਾ ਕੰਟੈਕਟ ਨੰਬਰ ਜਾਂ ਮੇਰਾ ਐਡਰੈਸ ਕਿਰਪਾ ਕਰਕੇ ਭਰਾਓ ਮੈਂ ਨੰਬਰ ਪਹਿਲਾਂ ਦੱਸਦਾ ਸਕਰੀਨ ਦੇ ਉੱਤੇ ਲਿਖਿਆ ਹੋਇਆ ਨੰਬਰ ਉੱਤੇ ਸਿੱਧੀ ਕਾਲ ਕਰ ਲਿਆ ਕਰੋ ਕੋਈ ਵੀ ਕਨਫਿਊਜ਼ਨ ਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ਹੁੰਦਾ ਹੈ ਠੀਕ ਹੈ ਜੀ ਬਾਕੀ ਸੰਗਤ ਜੀ ਤੁਹਾਡਾ ਫਰਜ਼ ਬੰਦ ਹੈ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ ਤੇ ਕਮੈਂਟਸ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਤੁਹਾਡੇ ਤੁਹਾਡੇ ਕਮੈਂਟਸ ਸਾਡੇ ਵਾਸਤੇ ਤੁਹਾਡੀਆਂ ਤੁਹਾਡੇ ਸ਼ੇਅਰਿੰਗ ਸਾ ਤੇ ਹੁਣ ਉਹੀ ਚੀਜ਼ ਮੈਂ بار بار ਜਿਹੜੀ ਚੀਜ਼ ਕਹਿਣਾ ਹੈ ਕਿ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਣ ਜੋ ਹੋਏ ਖਵਾਰ ਹੋਣ ਹੋਣ ਦੇ ਜਣੇ ਨੇ ਹੋਣਾ ਹੈ ਹੋ ਰਿਹਾ ਆ ਸ਼ਰਣ 'ਚ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਸੀ ਸ਼ਰਣ 'ਚ ਹੈਗੇ ਆ ਉਹਦੇ ਤੋਂ ਸਾਨੂੰ ਡਰ ਨਹੀਂ ਹੈਗਾ ਇਸ ਕਰਕੇ ਚੜ੍ਹਦੀ ਕਲਾ 'ਚ ਰਹਿ ਆ ਕਰੋ ਖੁਸ਼ ਰਹਿ ਰਹੋ ਹੱਸਦੇ ਵਸਦੇ ਰਿਹਾ ਕਰੋ ਤੇ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਗਲਤ ਕਹਿਣ ਦੀ ਹਿੰਮਤ ਰੱਖਿਆ ਕਰੋ ਤੇ ਘਟੋ ਘਟ ਸੱਚ ਦਾ ਸ਼ੀਸ਼ਾ ਦੂਜਿਆਂ ਨੂੰ ਦਿਖਾਉਣ ਦੀ ਤੜ ਰੱਖਿਆ ਕਰੋ ਫੋਨ ਨਾ ਉੱਤੇ ਨਾ ਪੁੱਛਿਆ ਕਰੋ ਐਡਰੈਸ ਦੱਸੋ ਜੀ ਸੈਣੀ ਦਾ ਕੀ ਹੈ ਠੀਕ ਹੈ ਜੀ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਦਿਓ ਇਜਾਜ਼ਤ ਚੜ੍ਹਦੀ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ